ਕਹਿੰਦੇ ਉਹ ਮਹਾਂਪੁਰਸ਼ ਭਾਂਡੇ ਪੂਰੇ ਸੀ ਅਤੇ ਨਾ ਪ੍ਰਸ਼ਾਦ ਦੇਣਾ ਉਹਨਾਂ ਦੀ ਨਰਾਦਰੀ ਹੋਈ ਹੈ। ਹੁਣ ਅੰਨੇ ਬੰਦੇ ਨੂੰ ਕੀ ਪਤਾ ਇਹ ਭਾਂਡਾ ਪੂਰਾ ਕਿ ਅਧੂਰਾ ਹੈ। ਹੁਣ ਸਾਨੂੰ ਇਹ ਵੀ ਗਿਆਨ ਨਹੀਂ ਕਿ ਰੱਬ ਮੋਨਾ ਇੱਕ ਸਿੱਖ ਹੈ, ਇਹ ਵੀ ਗਿਆਨ ਨਹੀਂ ਹੈ। ਗੱਲ ਤਾਂ ਪ੍ਰੇਮ ਦੀ ਹੈ। ਮਸਤ ਬਾਬਾ ਭਗਤ ਸਿੰਘ ਜੀ ਜੈਤੇਵਾਲੀ ਦੇ ਹੋਏ ਆ, ਸਿਗਟਾਂ ਬੀੜੀਆਂ ਹੁੱਕਾ ਅਤੇ ਦਾੜੀ ਮਨਾ ਕੇ ਰੱਖਣੀ, ਕੇਸ ਮਨਾ ਕੇ ਰੱਖਣੇ। ਸੰਤ ਮਹਾਰਾਜ ਜੀ ਹਰਖਵਾਲੀਏ ਕਹਿੰਦੇ ਸੀ ਚੌਥੇ ਪਾਵੇ ਹੈ ਦੁਨੀਆਂ ਦੇ, ਜੋ ਬਚਨ ਉਹਨਾਂ ਨੇ ਕੀਤੇ ਅੱਜ ਤੱਕ ਉਹ ਸਾਰੇ ਪ੍ਰਤੱਖ ਹੋ ਰਹੇ। ਆ ਨਹਿਰ 'ਤੇ ਜਿਹੜੀ ਸੜਕ ਬਣੀ, ਬੜੀ ਦੇਰ ਦਾ ਉਹਨਾਂ ਨੇ ਬਚਨ ਕੀਤਾ ਹੋਇਆ ਸੀ। ਇਹ ਹੋਰ ਵੀ ਕਈ ਬਚਨ ਆਉਣ ਵਾਲੇ ਭਵਿੱਖ ਦੇ ਉਹ ਕਰ ਗਏ ਆ। ਰੱਬ ਕਈ ਰੂਪਾਂ ਵਿੱਚ ਫਿਰਦਾ, ਗੱਲ ਤਾਂ ਅੰਦਰ ਇਕਾਗਰਤਾ ਹੀ ਦੀ ਹੈ। ਇੱਕ ਨਾਲ ਪ੍ਰੀਤ ਹੋਵੇ, ਭਾਵੇਂ ਲੰਬੇ ਕੇਸ ਕਰ ਲਵੇ, ਭਾਵੇਂ ਕਰੜ ਮਨਾ ਦੇਵੇ, ਕੁਛ ਗੁਣ ਨੇ ਉਹ ਗੁਣਾਂ ਨੂੰ ਧਾਰਨ ਕਰ ਲਵੇ, ਉਸੇ ਹੀ ਪਦਵੀ 'ਤੇ ਬਹਿ ਜੂਗਾ। ਬੜੇ ਸਤਿਕਾਰ ਅੱਖਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਬ੍ਰਹਮ ਗਿਆਨੀ ਹੈ, ਸਾਧ ਹੈ, ਸੰਤ ਹੈ, ਭਗਤ ਹੈ, ਗੁਰਮੁਖ ਹੈ, ਗੁਰਸਿੱਖ ਹੈ, ਸਿੱਖ ਹੈ, ਉਹਨਾਂ ਸਾਰਿਆਂ ਦਾ ਲਿਖਿਆ ਵੀ ਇਹਦੀ ਇਹ ਪੜ੍ਹਾਈ ਹੈ। ਉਹ ਪੜ੍ਹਾਈ ਪੜ੍ਹ ਲਵੇ ਬ੍ਰਹਮ ਗਿਆਨੀ, ਸੰਤ ਦੀ ਪੜ੍ਹਾਈ ਆ, ਉਹਦੇ ਗੁਣ ਹੈ, ਸਾਧ ਦੇ ਗੁਣ ਹੈ,